ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵੇ। ਮੇਰੇ ਬੋਲਣ ਦਾ ਵਿਸ਼ਾ ਹੈ ਹਿੰਦ ਦੀ ਜਦ। ਸ਼੍ਰੀ ਗੁਰੂ ਤੇਗ ਬਹਾਦਰ ਸਿੱਖਾਂ ਦੇ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਈਸਵੀ ਨੂੰ ਹੋਇਆ। ਇਹਨਾਂ ਦਾ ਬਚਪਨ ਦਾ ਤਿਆਗਮਲ ਸੀ। ਕਰਤਾਰਪੁਰ ਦੀ ਲੜਾਈ ਵਿੱਚ ਆਪ ਜੀ ਨੇ ਜੰਗੀ ਤਲਵਾਰਬਾਜ਼ੀ ਦਿਖਾਈ, ਜਿਸ ਕਾਰਨ ਆਪ ਜੀ ਦਾ ਨਾਂ ਤਿਆਗਮਲ ਤੋਂ ਤੇਗ ਬਹਾਦਰ ਪੈ ਗਿਆ। ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਜੀ ਦੇ ਘਰ 26 ਦਸੰਬਰ 1668 ਈਸਵੀ ਬਲਾਕ ਗੋਬਿੰਦ ਨੇ ਜਨਮ ਲਿਆ। ਉਧਰ 8ਵੇਂ ਗੁਰੂ ਹੀਰ ਕਿਸ਼ਨ ਜੀ ਜੋਤੀ ਜੋਤ ਸਮਾ ਗਏ ਅਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਪੁੱਤਰ ਅਧਿਕਾਰ ਬਾਬਾ ਬਕੇ ਬਕਾਲੇ ਮਿਲਣਗੇ। ਇਹ ਸੁਣ ਕੇ ਭਾਈ ਮੋਦੀ ਜਾਤੀ ਦੇ ਲੋਕ ਆਪਣੇ ਆਪ ਨੂੰ ਹੀ ਮੰਨਣ ਲੱਗ ਪਏ। ਸਿੱਖਣ ਸਾਹਿਬ ਲੁਬਾਣਾ ਦੇ ਗੁਰੂ ਲਾਭੋ ਰੇ ਦੀ ਆਵਾਜ਼ ਨਾਲ ਇਹ ਮਸਲਾ ਹੱਲ ਹੋ ਗਿਆ। ਇੱਕ ਵਾਰ ਗੁਰੂ ਜੀ ਕੋਲ ਕੁਝ ਕਸ਼ਮੀਰੀ ਪੰਡਿਤ ਆਏ। ਉਹਨਾਂ ਨੇ ਔਰੰਗਜ਼ੇਬ ਦੇ ਅਤਿਆਚਾਰ ਦੀ ਕਥਾ ਸੁਣਾਈ। ਇਹ ਸੁਣ ਕੇ ਗੁਰੂ ਨੇ ਕਿਹਾ ਕਿ ਇਸ ਲਈ ਤਾਂ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਬਾਲ ਗੋਬਿੰਦ ਗਏ ਕੋਲ ਬੈਠੇ ਸਨ। ਉਹਨਾਂ ਨੇ ਕਿਹਾ, ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਇਹ ਸੁਣ ਕੇ ਇਹ ਗੱਲਾਂ ਸੁਣ ਕੇ ਗੁਰੂ ਜੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਦਿੱਲੀ ਵੱਲ ਚੱਲ ਪਰੇ। ਜਾਣ ਤੋਂ ਪਹਿਲਾਂ ਬਹਾਦਰ ਗੋਬਿੰਦ ਗਏ ਨੂੰ ਆਪਣਾ ਉਦਿਆਰੀ ਥਾਪਿਆ। 11 ਨਵੰਬਰ 1675 ਈਸਵੀ ਵਿੱਚ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਚਾਂਦਨੀ ਚੌਕ ਵਿੱਚ ਆਪ ਜੀ ਦਾ ਸ਼ੀਸ਼ ਦਰਤ ਤੋਂ ਅਲੱਗ ਕਰ ਦਿੱਤਾ ਗਿਆ। ਸ਼੍ਰੀ ਗੁਰੂ